ਮੀਰਾ ਸਾਹਿਬ ਐਸ ਐਚ ਓ ਜੋ ਮੇਰੇ ਘਰ ਸਵਾਰੀ ਐਸ ਐਚ ਓ ਨੂੰ ਨਾਲ ਲੈ ਕੇ ਅੱਜ ਵੀ ਐਸ ਆਈ ਨੂੰ ਨਾਲ ਲੈ ਕੇ ਰੇਡ ਕਰ ਰਿਹਾ, ਜਿਨ੍ਹਾਂ ਦੇ ਕਹਿਣ ਤੇ ਉਹ ਰੇਡ ਕਰ ਰਿਹਾ ਮੇਰੇ ਘਰ, ਮੇਰੇ ਘਰਦੇ ਨੂੰ ਪਰੇਸ਼ਾਨ ਕਰ ਰਿਹਾ, ਠੀਕ ਹੈ। ਮੈਂ ਉਹਨੂੰ ਦੱਸਣਾ ਚਾਹੁੰਦਾ ਮੀਰਾ ਸਾਹਿਬ ਐਸ ਐਚ ਓ ਨੂੰ ਕਿ ਜਿਨ੍ਹਾਂ ਦੇ ਕਹਿਣ ਤੇ ਉਹ ਰੇਡ ਕਰ ਰਿਹਾ ਨਾ, ਉਹ ਮੁਖਬਰਾਂ ਦੇ ਏਜੰਸੀਆਂ ਦੇ ਬੰਦੇ, ਬਿੰਦਰ ਸਰਪੰਚ, ਠੀਕ ਹੈ, ਤੇ ਉਹਦੇ ਪਾਲਤੂ ਕੁੱਤੇ ਸੰਨੀ ਹੈਪੀ, ਠੀਕ ਹੈ, ਤੇ ਉਹਨਾਂ ਨੂੰ ਸਿੰਬਲ ਵਿੱਚ ਰੱਖ ਰਿਹਾ। ਕਿਆ ਉਹ ਮੈਂ ਇਕੱਲਾ ਹੀ ਹਿਸਟਰੀ ਹੀਟਰ ਆ, ਚਿੱਟਾ ਉਹ ਨਹੀਂ ਵੇਚਦੇ ਸੀਗੇ, ਉਹ ਹੁਣ ਵੀ ਚਿੱਟਾ ਵੇਚ ਰਿਹਾ, ਤੇ ਇਹ ਇਹਨਾਂ ਨੂੰ ਸਿੰਬਲ ਵਿੱਚ ਹੀ ਰੱਖਿਆ ਹੋਇਆ, ਠੀਕ ਹੈ, ਇਹਦੇ ਸਾਹਮਣੇ ਸਾਰਾ ਕੁਝ ਹੋ ਰਿਹਾ। ਉਹ ਘਰ ਚ ਰਹਿ ਰਿਹਾ, ਮੈਂ ਬਾਹਰ ਰਹਿ ਰਿਹਾ, ਲੇਕਿਨ ਫਿਰ ਵੀ ਮੇਰੇ ਘਰ ਰੇਡ, ਮੈਨੂੰ ਤੰਗ ਕੀਤਾ ਜਾ ਰਿਹਾ, ਉਹਨਾਂ ਦੇ ਘਰ ਦੇ ਕਿਸੇ ਨੂੰ ਕੁਝ ਨਹੀਂ ਕਹਿ ਰਿਹਾ ਕੋਈ, ਠੀਕ ਹੈ। ਅਸੀਂ ਚਾਹੁੰਦੇ ਵੀ ਨਹੀਂ ਕਿ ਉਹਨਾਂ ਦੇ ਘਰਦਿਆਂ ਨੂੰ ਜਾਂ ਉਹਨਾਂ ਦੇ ਮਾਂ ਨੂੰ, ਉਹਨਾਂ ਦੇ ਕਿਸੇ ਘਰ ਦੇ ਵੀ ਕਿਸੇ ਦੇ ਮੈਂਬਰ ਨੂੰ ਵੀ ਕੁਝ ਪੁਲਿਸ ਨਜਾਇਜ਼ ਤੰਗ ਕਰੇ, ਲੇਕਿਨ ਇਹ ਗੱਲ ਜ਼ਰੂਰ ਚਾਹਵਾਂਗੇ, ਇਹ ਦੋਵੇਂ ਪੱਖ ਦੇਖੇ, ਇਹ ਸਾਡੀ ਦੁਸ਼ਮਣੀ ਦਾ ਫਾਇਦਾ ਚੱਕ ਰਹੇ ਆ। ਲੇਕਿਨ ਮੈਂ ਤੁਹਾਨੂੰ ਇਹਨੂੰ ਇਹ ਗੱਲ ਦੱਸਣਾ ਚਾਹੁੰਦਾ, ਨਾ ਬਿੰਦਰ ਸਰਪੰਚ ਰਹਿ ਉਹਦਾ ਹਾਲ ਠੀਕ ਹੋਊਗਾ ਥੋੜੇ ਦਿਨਾਂ ਤੱਕ, ਨਾ ਹਾਲ ਉਹਦਾ ਠੀਕ ਹੋਣਾ, ਨਾ ਇਹ ਜਿਹੜੇ ਇਹਦੇ ਉਹਦੇ ਚੇਲੇ ਚੁੰਮਟੇ ਕੁੱਤੇ ਬਿੱਲੇ ਉਹਨਾਂ ਨੇ ਰੱਖੇ ਹੋਏ ਨਾ, ਨਾ ਉਹ ਰਹਿਣੇ ਆ, ਠੀਕ ਹੈ। ਬਸ ਇੰਨੀ ਗੱਲ ਕਹਿਣਾ ਚਾਹੁੰਦਾ ਹਾਂ, ਦਿਲ ਦੀ ਭੜਾਸ ਹੀ ਕੱਢਦੀ ਠੋਕ ਕੇ ਕਹਿੰਦਾ ਕਿ ਹਾਲ ਉਹਨਾਂ ਦੇ ਮਾੜੇ ਹੋਣੇ ਆ, ਇਹ ਚੀਜ਼ ਤੁਸੀਂ ਦੇਖੋਗੇ, ਇਹ ਮੇਰੇ ਵੀਰ ਜਿਹੜੇ ਮੈਨੂੰ ਸਹੀ ਸਮਝਦੇ ਆ, ਠੀਕ ਹੈ, ਉਹ ਵੇਖਣਗੇ। ਬਾਕੀ ਚਿੱਟੇ ਵਾਲਿਆਂ ਨਾਲ, ਚਿੱਟਾ ਵੇਚਣ ਵਾਲਿਆਂ ਨਾਲ, ਚਿੱਟੇ ਕਰਨ ਵਾਲਿਆਂ ਨਾਲ